ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਅੰਬੇਰਕਰ ਐਜੂਕੇਸ਼ਨ ਪੁਆਇੰਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਗਲਕ ਵੰਸ਼ ਦੇ ਬਾਰੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਗਲਕ ਵੰਸ਼ ਨੇ 1320 ਈਸਵੀ ਤੋਂ ਲੈ ਕੇ 1414 ਈਸਵੀ ਤੱਕ ਸ਼ਾਸਨ ਕੀਤਾ ਇਸ ਹਿਸਾਬ ਨਾਲ ਇਹ ਸਭ ਨਾਲੋਂ ਲੰਬਾ ਟਾਈਮ ਪੀੜ ਸੀ ਦਿੱਲੀ ਸਲਤਨਤ ਦੇ ਵਿੱਚ ਲਗਭਗ ਪੰਜ ਰਾਜਵੰਸ਼ ਹੋਏ ਨੇ ਠੀਕ ਹੈ ਜੀ ਉਨ੍ਹਾਂ ਪੰਜਾਂ ਦੇ ਵਿੱਚੋਂ ਤੋਗਲਕ ਰਾਜਵੰਸ਼ ਦਾ ਜਿਹੜਾ ਸਮਾਂ ਸੀ ਉਹ ਸਭ ਤੋਂ ਲੰਮਾ ਸਮਾਂ ਸੀ ਜਿਹੜੇ ਪੰਜ ਰਾਜਵੰਸ਼ ਹੋਏ ਨੇ ਤਾਂ ਉਹ ਹਨ ਗੁਲਾਮ ਵੰਸ਼ ਖਿਲਜੀ ਵੰਸ਼ ਤੋਗਲਕ ਵੰਸ਼ ਸੈਯਦ ਵੰਸ਼ ਅਤੇ ਲੋਧੀ ਵੰਸ਼ ਜਿਸ ਦੇ ਵਿੱਚੋਂ ਤੋਗਲਕ ਵੰਸ਼ ਦਾ ਜਿਹੜਾ ਸਮਾਂ ਰਿਹਾ ਉਹ ਸਭ ਨਾਲੋਂ ਲੰਬਾ ਰਿਹਾ ਗਿਆਸੁਦੀਨ ਤੋਗਲਕ ਨੇ ਇਸ ਵੰਸ਼ ਦੀ ਨੀਂਹ ਰੱਖੀ ਸੀ ਗਿਆਸੁਦੀਨ ਦਾ ਜਿਹੜਾ ਅਸਲ ਨਾਮ ਸੀ ਓਹੋ ਮਲਿਕ ਤੁਗਲਕ ਸੀ ਠੀਕ ਹੈ ਮਲਿਕ ਤੁਗਲਕ ਇਸ ਦਾ ਨਾਮ ਸੀਗਾ ਗਾਜੀ ਗਾਜੀ ਮਲਿਕ ਤੁਗਲਕ ਇਸ ਦੇ ਨਾਮ ਦੇ ਉੱਤੇ ਹੀ ਇਸ ਵੰਸ਼ ਦਾ ਨਾਮ ਤੁਗਲਕ ਵੰਸ਼ ਪਿਆ ਬਾਕੀ ਦੇ ਜਿਹੜੇ ਵੰਸ਼ ਹੋਏ ਨੇ ਉਹ ਕਿਸੇ ਨਾ ਕਿਸੇ ਕਬੀਲੇ ਦੇ ਨਾਲ ਸੰਬੰਧ ਰੱਖਦੇ ਸੀ ਪਰੰਤੂ ਇਸ ਵੰਸ਼ ਦਾ ਨਾਮ ਕਿਸੇ ਖਾਸ ਵਿਅਕਤੀ ਦੇ ਨਾਮ ਦੇ ਉੱਪਰ ਰੱਖਿਆ ਗਿਆ ਠੀਕ ਹੈ ਤੁਗਲਕ ਵੰਸ਼ ਤਾਂ ਗਿਆਸউদ্দিন ਤੁਗਲਕ ਨੇ ਇਸ ਵੰਸ਼ ਦੀ ਨੀਂਵ ਰੱਖੀ ਸੀ 1320 ਈਸਵੀ ਦੇ ਵਿੱਚ ਉਸ ਦਾ ਅਸਲੀ ਨਾਮ ਗਾਜੀ ਮਲਿਕ ਸੀ ਠੀਕ ਹੈ ਉਸ ਨੂੰ ਮਲਿਕੁਲ ਗਾਜੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਉਸ ਦੇ ਨਾਮ ਦੇ ਉੱਪਰ ਇਸ ਵੰਸ਼ ਦਾ ਨਾਮ ਪਿਆ 5 ਸਤੰਬਰ 1320 ਈਸਵੀ ਦੇ ਵਿੱਚ ਖੋਸਰੋ ਖਾਨ ਨੂੰ ਦਿੱਲੀ ਨੇੜੇ ਹਰਾਉਂ ਤੋਂ ਬਾਅਦ ਇਸ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਸੁਲਤਾਨ ਦੀ ਉਪਾਧੀ ਧਾਰਨ ਕਰ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਹਰਾਉਣ ਤੋਂ ਬਾਅਦ ਖੋਸਰੋ ਖਾਨ ਜੋ ਕਿ ਖਿਲਜੀ ਵੰਸ਼ ਦਾ ਆੰਤਮ ਸ਼ਾਸਕ ਸੀ ਉਸ ਨੂੰ ਹਰਾਉਣ ਤੋਂ ਬਾਅਦ ਇਸ ਨੇ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਪਰੰਤੂ ਇਹ ਵੀ ਕਿਹਾ ਜਾਂਦਾ ਕਿ ਇਹ ਸੁਲਤਾਨ ਨਹੀਂ ਸੀ ਬਨਣਾ ਚਾਹੁੰਦਾ ਪਰੰਤੂ ਅਮੀਰਾਂ ਅਤੇ ਉਸ ਸਮੇਂ ਦੇ ਜਿਹੜੇ ਹੋਰ ਅਧਿਕਾਰੀ ਸੀ ਉਹਨਾਂ ਦੇ ਦਬਾਅ ਹੇਠ ਆ ਕੇ ਇਸ ਨੇ ਸੁਲਤਾਨ ਪਦ ਦੀ ਉਪਾਧੀ ਧਾਰਨ ਕੀਤੀ ਸੀ ਤਾਂ 8 ਸਤੰਬਰ 1320 ਵੀ ਨੂੰ ਇਸ ਦੀ ਤਖਤ ਨਿਸ਼ਾਨੀ ਹੋਈ ਸੀ ਠੀਕ ਹੈ ਖੁਸਰੋ ਮਲਿਕ ਨੂੰ ਕਤਲ ਕੀਤਾ ਗਿਆ 5 ਸਤੰਬਰ ਨੂੰ ਉਸ ਤੋਂ 3 ਦਿਨ ਬਾਅਦ ਇਸ ਨੇ ਗੱਦੀ ਦੇ ਉੱਤੇ ਗੱਦੀ ਨਿਸ਼ੀਨ ਹੋਇਆ ਇਹ ਗੱਦੀ ਦੇ ਉੱਪਰ ਬੈਠਿਆ ਇਹ ਗਿਆਸੁਦੀਨ ਤੁਗਲਕ ਦੇ ਨਾਮ ਨਾਲ ਸੁਲਤਾਨ ਬਣਿਆ ਠੀਕ ਹੈ ਜੀ ਸੁਲਤਾਨ ਬਣਨ ਤੋਂ ਬਾਅਦ ਇਸ ਨੇ ਸਾਰੇ ਮਲਿਕਾਂ ਅਮੀਰਾਂ ਅਤੇ ਅਧਿਕਾਰੀਆਂ ਨੂੰ ਇਨਾਮ ਵੰਡੇ ਅਤੇ ਉਪਾਦੀਆਂ ਦਿੱਤੀਆਂ ਜਿਨ੍ਹਾਂ ਨੇ ਇਸ ਨੂੰ ਸੱਤਾ ਦੇ ਵਿੱਚ ਆਉਣ ਲਈ ਸਹਾਇਤਾ ਦਿੱਤੀ ਜਿਹੜੇ-ਜਿਹੜੇ ਅਮੀਰਾਂ ਨੇ ਮਲਿਕਾਂ ਨੇ ਅਧਿਕਾਰੀਆਂ ਨੇ ਇਸ ਨੂੰ ਸੱਤਾ ਦੇ ਵਿੱਚ ਆਉਣ ਲਈ ਸਹਾਇਤਾ ਕੀਤੀ ਸੀ ਉਸ ਨੂੰ ਇਸ ਨੇ ਕੀ ਕੀਤਾ ਇਨਾਮ ਦਿੱਤੇ ਅਤੇ ਉਪਾਦੀਆਂ ਵੀ ਦਿੱਤੀਆਂ ਗਿਆਸੁਦੀਨ ਤੁਗਲਕ ਨੇ 29 ਵਾਰ ਮੰਗੋਲਾਂ ਵਿਰੁੱਧ ਲੜਾਈਆਂ ਲੜੀਆਂ ਅਤੇ ਇਹਨਾਂ ਨੂੰ ਆਪਣੇ ਇਲਾਕਿਆਂ ਤੋਂ ਬਾਹਰ ਰੱਖਿਆ ਠੀਕ ਹੈ ਜੀ 29 ਵਾਰ ਮੰਗੋਲਾਂ ਨੇ ਇਸ ਦੇ ਰਾਜ ਦੇ ਵਿੱਚ ਹਮਲੇ ਕੀਤੇ ਜਿਸ ਨੂੰ ਇਹਨਾਂ ਨੇ ਆਪਣੇ ਇਲਾਕਿਆਂ ਨੂੰ ਸੇਫ ਰੱਖਿਆ ਇਹਨਾਂ ਨੇ ਮੰਗੋਲਾਂ ਤੋਂ ਗਿਆਸੁਦੀਨ ਤੁਗਲਕ ਨੇ ਉਹ ਸਾਰੀ ਭੂਮੀ ਜੋ ਅਲਾਉਦੀਨ ਦੇ ਅਮੀਰਾਂ ਤੇ ਅਧਿਕਾਰੀਆਂ ਤੋਂ ਵਾਪਸ ਲਈ ਸੀ ਉਹ ਸਾਰੀਆਂ ਜ਼ਮੀਨਾਂ ਸਾਰੀ ਭੂਮੀ ਅਮੀਰਾਂ ਅਤੇ ਅਧਿਕਾਰੀਆਂ ਨੂੰ ਵਾਪਸ ਦੇ ਦਿੱਤੀ ਠੀਕ ਹੈ ਅਲਾਉਦੀਨ ਖਿਲਜੀ ਜਦੋਂ ਆਪਾਂ ਖਿਲਜੀ ਵੰਸ਼ ਦੇ ਬਾਰੇ ਵਿੱਚ ਤੁਹਾਨੂੰ ਦੱਸ ਰਿਹਾ ਸੀ ਤਾਂ ਉਸ ਦੇ ਵਿੱਚ ਦੱਸਿਆ ਗਿਆ ਸੀ ਕਿ ਅਲਾਉਦੀਨ ਖਿਲਜੀ ਨੇ ਆਪਣੇ ਅਮੀਰਾਂ ਅਤੇ ਅਧਿਕਾਰੀਆਂ ਤੋਂ ਸਾਰੀ ਭੂਮੀ ਵਾਪਸ ਲੈ ਲਈ ਸੀ ਅਤੇ ਉਸ ਨੂੰ ਮਿਲਖ ਦੇ ਵਿੱਚ ਸ਼ਾਮਿਲ ਕੀਤਾ ਸੀ ਹੁਣ ਜਦੋਂ ਗਿਆਸੁਦਿਨ ਤੋਗਲਕ ਸ਼ਾਸਕ ਬਣਿਆ ਤਾਂ ਉਸ ਨੇ ਉਹ ਸਾਰੀ ਭੂਮੀ ਅਮੀਰਾਂ ਅਤੇ ਅਦਕਾ ਅਣੁਕੀ ਕੀਤੀ ਵਾਪਸ ਕਰ ਦਿੱਤੀ ਗਿਆਸੁਦਨ ਤੁਗਲਕ ਨੇ ਮੁਸਲਮਾਨਾਂ ਤੇ ਟੈਕਸ ਭਾਵ ਭੂ ਰਾਜਸਭੀ ਜਿਹੜੀ ਉਹ ਦਰ ਘਟਾ ਦਿੱਤੀ ਪਰੰਤੂ ਹਿੰਦੂਆਂ ਦੇ ਉੱਪਰ ਇਸ ਦਰ ਨੂੰ ਵਧਾ ਦਿੱਤਾ ਉਸ ਦੀ ਜਿਹੜੀ ਰਾਜਸਭ ਦੀ ਨੀਤੀ ਸੀ ਉਸ ਨੂੰ ਰਸਮ-ਏ ਮਿਆਮੀ ਕਹਿੰਦੇ ਹਨ ਠੀਕ ਹੈ ਰਸਮ-ਏ ਮਿਆਮੀ ਕਹਿੰਦੇ ਹਨ ਇਸ ਦੀ ਟੈਕਸ ਨੀਤੀ ਨੂੰ ਜਿਹੜਾ ਕਿ ਮੁਸਲਮਾਨਾਂ ਦੇ ਉੱਪਰੋਂ ਘਟਾ ਦਿੱਤਾ ਗਿਆ ਸੀ ਅਤੇ ਹਿੰਦੂਆਂ ਦੇ ਉੱਪਰੋਂ ਇਹ ਟੈਕਸ ਨੂੰ ਵਧਾ ਦਿੱਤਾ ਗਿਆ ਸੀ। ਗਿਆਸੁਦਨ ਤੁਗਲਕ ਨੇ ਕਈ ਨਹਿਰਾਂ ਦਾ ਨਿਰਮਾਣ ਕਰਵਾਇਆ ਜਿਸ ਦੇ ਨਾਲ ਖੇਤੀ ਦਾ ਵਿਕਾਸ ਹੋਇਆ। ਆਪ ਦੇ ਸਮੇਂ ਦੇ ਵਿੱਚ ਗਿਆਸੁਦਨ ਤੁਗਲਕ ਪਹਿਲਾ ਸ਼ਾਸਕ ਹੋਇਆ ਸਲਤਨਤ ਕਾਲ ਦਾ ਜਿਸ ਨੇ ਕਿ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ। ਠੀਕ ਹੈ ਤਾਂ ਕਿ ਜਿਹੜਾ ਖੇਤੀ ਹੈ ਉਸ ਦਾ ਵਿਕਾਸ ਹੋ ਸਕੇ। ਗਿਆਸੁਦின் ਤੁਗਲਕ ਨੇ ਆਪਣੇ ਪੁੱਤਰ ਜੁੰਨਾ ਖਾਨ ਠੀਕ ਹੈ ਜੁੰਨਾ ਖਾਨ ਸੀਸ ਦਾ ਪੁੱਤਰ ਜੁੰਨਾ ਖਾਨ ਜਾਂ ਫਿਰ ਉਸ ਨੂੰ ਜੋਨਾ ਖਾਨ ਵੀ ਕਿਹਾ ਜਾਂਦਾ ਹੈ ਜੋਨਾ ਖਾਨ ਨੂੰ ਉਲਗ ਖਾਨ ਦੀ ਉਪਾਦੀ ਦਿੱਤੀ ਇਹ ਉਲਗ ਖਾਨ ਦੀ ਉਪਾਦੀ ਜਿਹੜੀ ਹੈ ਇਹ ਬਹੁਤ ਆਮ ਜਹੀ ਉਪਾਦੀ ਸੀਗੀ ਜਿਹੜੀ ਕਿ ਸਲਤਨਤ ਕਾਲ ਦੇ ਵਿੱਚ ਦਿੱਤੀ ਜਾਣ ਵਾਲੀਆਂ ਉਪਾਦੀਆਂ ਦੇ ਵਿੱਚੋਂ ਸਭ ਨਾਲੋਂ ਅਹਿਮ ਜਾਂ ਸਭ ਨਾਲੋਂ ਆਮ ਜਹੀ ਉਪਾਦੀ ਦਿੱਤੀ ਜਾ ਰਹੀ ਸੀ ਸਲਤਨਤ ਦੇ ਕਾਲ ਦੇ ਵਿੱਚ ਉਲਗ ਖਾਨ ਦੀ ਉਪਾਧੀ ਘੱਟ ਤੋਂ ਘੱਟ 10-12 ਵਾਰ ਦਿੱਤੀ ਗਈ ਹੋਣੀ ਹੈ ਇਹ ਇੱਕ ਆਮ ਜਿਹਾ ਜਿਹੜਾ ਉਪਾਦੀ ਸੀ ਤਾਂ ਅੱਗੇ ਦੇਖੋ ਕਿ ਗਿਆਸੂਦਨ ਤੁਗਲਕ ਨੇ ਆਪਣੇ ਪੁੱਤਰ ਜੋਨਾ ਖਾਨ ਨੂੰ ਉਲਗ ਖਾਨ ਦੀ ਉਪਾਧੀ ਦਿੱਤੀ ਗਈ ਜੋਨਾ ਖਾਨ ਬਾਅਦ ਵਿੱਚ ਮੁਹੰਮਦ ਬਿਨ ਤੁਗਲਕ ਦੇ ਨਾਮ ਦੇ ਨਾਲ ਸੁਲਤਾਨ ਬਣਿਆ ਠੀਕ ਹੈ ਦੋਨਾਂ ਖਾਨੂਪਾਦੀ ਦਿੱਤੀ ਗਈ ਉਲਗਖਾਨ ਦੀ ਔਰ ਗਿਆਸੁਦੀਨ ਦੀ ਮੌਤ ਤੋਂ ਬਾਅਦ ਇਹ ਸੁਲਤਾਨ ਬਣਿਆ ਮੁਹੰਮਦ ਬਿੰਤ ਤੁਗਲਕ ਦੇ ਨਾਮ ਨਾਲ ਗਿਆਸੁਦੀਨ ਤੁਗਲਕ ਨੇ ਦਿੱਲੀ ਨੇੜੇ ਤੁਗਲਕਾਬਾਦ ਨਾਮ ਦੇ ਸ਼ਹਿਰ ਦੀ ਸਥਾਪਨਾ ਕੀਤੀ ਤੁਗਲਕਾਬਾਦ ਸ਼ਹਿਰ ਬਸਾਇਆ ਸੀਗਾ ਦਿੱਲੀ ਦੇ ਨੇੜੇ ਠੀਕ ਹੈ ਜੀ ਗਿਆਸੁਦੀਨ ਤੁਗਲਕ ਨੇ ਬਿੱਤਵ ਵਿਵਸਥਾ ਸੁਧਾਰਨ ਲਈ ਗਿਆਸੁਦੀਨ ਤੁਗਲਕ ਨੇ ਸਾਰੇ ਸੂਫੀ ਸੰਤਾਂ ਤੇ ਮੌਲਵੀਆਂ ਤੋਂ ਉਹ ਸਾਰੀ ਧਨ ਰਾਸ਼ੀ ਵਾਪਸ ਲੈ ਲਈ ਜਿਹੜੀ ਕਿ ਸੁਲਤਾਨ ਖੁਸਰੋ ਖਾਨ ਨੇ ਦਿੱਤੀ ਸੀ ਠੀਕ ਹੈ ਗਿਆਸੁਦੀਨ ਤੋਂ ਪਹਿਲਾਂ ਜਿਹੜਾ ਸੁਲਤਾਨ ਸੀ ਉਹ ਖੁਸਰੋ ਖਾਨ ਸੀ ਉਸ ਨੇ ਜਿਹੜੀ ਵੀ ਰਾਸ਼ੀ ਧਨ ਦੌਲਤ ਸੂਫੀਆਂ ਸੰਤਾਂ ਮੌਲਵੀਆਂ ਦੇ ਵਿੱਚ ਵੰਡਿਆ ਸੀ ਉਹ ਸਾਰਾ ਗਿਆਸੁਦੀਨ ਨੇ ਵਾਪਸ ਲੈ ਲਿਆ ਜਿਸ ਕਾਰਨ ਕੀ ਹੋਇਆ ਕਿ ਸ਼ੇਖ ਨਿਜ਼ਾਮੁਦੀਨ ਔਲੀਆ ਨੇ ਗਿਆਸੁਦੀਨ ਤੁਗਲਕ ਨੂੰ 5 ਲੱਖ ਟੰਕਿਆਂ ਦੀ ਜਿਹੜੀ ਰਾਸ਼ੀ ਸੀ ਉਹ ਦੇਣ ਤੋਂ ਨਾ ਕਰ ਦਿੱਤੀ ਜਿਸ ਕਾਰਨ ਦੋਨਾਂ ਦੇ ਵਿੱਚ ਵਿਵਾਦ ਹੋ ਗਿਆ ਸੀ ਠੀਕ ਹੈ ਜੀ ਅੱਗੇ ਦੇਖੋ ਲਖਨੌਤੀ ਬੰਗਾਲ ਵਿੱਚ ਬੰਗਾਲ ਦੇ ਵਿੱਚ ਇਹ ਲਖਨੌਤੀ ਤਾਂ ਉਸ ਦੇ ਵਿੱਚ ਮੁਸਲਿਮ ਕਲੀਨ ਵਰਗ ਸੀ ਜਿਹੜਾ ਉਸ ਨੇ ਗਿਆਸੁਦੀਨ ਤੁਗਲਕ ਨੂੰ ਸਾਹਸੁਦੀਨ ਫਿਰੋਜ਼ ਸ਼ਾਹ ਦੇ ਉੱਪਰ ਹਮਲਾ ਕਰਨ ਲਈ ਅਤੇ ਤਖਤਾ ਪਲਟ ਕਰਨ ਲਈ ਸੱਦਾ ਦਿੱਤਾ ਗਿਆ ਸੁਦਿੰਤੋਗਲਕ ਆਪਣੇ ਪੁੱਤਰ ਉਲਦਖਾਨ ਉਲਗਖਾਨ ਦਾ ਅਸਲ ਨਾਮ ਜੋਨਾ ਖਾਨ ਸੀ ਠੀਕ ਹੈ ਜੋ ਬਾਅਦ ਦੇ ਵਿੱਚ ਮੁਹੰਮਦ ਬਿੰਤੋਗਲਕ ਦੇ ਨਾਮ ਨਾਲ ਸੁਲਤਾਨ ਬਣਿਆ ਸੀ ਉਸ ਨੂੰ ਦਿੱਲੀ ਦਾ ਨਿਯੰਤਰਣ ਦੇ ਕੇ ਆਪ ਆਪਣੇ ਦੂਜੇ ਪੁੱਤਰ ਮਹਿਮੂਦ ਖਾਨ ਨਾਲ ਬੰਗਾਲ ਵੱਲ ਨੂੰ ਚਲਿਆ ਗਿਆ ਸੀ ਠੀਕ ਹੈ ਬੰਗਾਲ ਵੱਲ ਨੂੰ ਚਲੇ ਗਿਆ ਸੀ ਅੱਗੇ ਦੇਖੋ ਗਿਆਸੁਦਨ ਤੁਗਲਕ ਅਤੇ ਸ਼ੇਖ ਨizamuddin auliyya ਜਿਹੜਾ ਵਿੱਚ ਇਹਨਾਂ ਦੋਹਾਂ ਵਿਚਕਾਰ ਜਿਹੜਾ ਵਿਵਾਦ ਸੀ ਜੋ ਕਿ ਉੱਪਰ ਤੁਹਾਨੂੰ ਦੱਸਿਆ ਕਿ ਸ਼ੇਖ ਨizamuddin auliyya ਨੇ 5 ਲੱਖ ਟੰਕਿਆਂ ਦੀ ਰਾਸ਼ੀ ਦੇਣ ਤੋਂ ਨਾ ਕਰ ਦਿੱਤੀ ਕਿਉਂਕਿ ਉਹਦਾ ਮੰਨਣਾ ਸੀ ਕਿ ਇਹ ਰਾਸ਼ੀ ਸੁਲਤਾਨ ਖੁਸਰੋ ਨੇ ਉਹਨਾਂ ਨੂੰ ਦਾਨ ਵਜੋਂ ਦਿੱਤੀ ਹੈ ਅਤੇ ਦਾਨ ਵਿੱਚ ਦਿੱਤੀ ਹੋਈ ਚੀਜ਼ ਕਦੇ ਵੀ ਕੋਈ ਵਾਪਸ ਨਹੀਂ ਮੰਗ ਸਕਦਾ ਗਿਆਸੂਦੀਨ ਤੋਗਲਕ ਅਤੇ ਸ਼ੇਖ ਨਿਜ਼ਾਮੁਦੀਨ ਔਲੀਆ ਵਿਚਕਾਰ ਜਿਹੜਾ ਵਿਵਾਦ ਸੀ ਉਹ ਵੱਧ ਗਿਆ ਸੀ ਆਪਣੇ ਬੰਗਾਲ ਅਭਿਆਨ ਤੋਂ ਵਾਪਸ ਆਉਂਦੇ ਹੋਏ ਠੀਕ ਹੈ ਬੰਗਾਲ ਅਭਿਆਨ ਨੂੰ ਫਤਿਹ ਕਰਨ ਤੋਂ ਬਾਅਦ ਜਦੋਂ ਗਿਆਸੂਦੀਨ ਵਾਪਸ ਆ ਰਿਹਾ ਸੀ ਤਾਂ ਉਸ ਨੇ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਸੰਦੇਸ਼ ਭੇਜਿਆ ਕਿ ਸੁਲਤਾਨ ਦੇ ਦਿੱਲੀ ਆਉਣ ਤੋਂ ਪਹਿਲਾਂ ਸ਼ੇਖ ਨਿਜ਼ਾਮੁਦੀਨ ਔਲੀਆ ਦਿੱਲੀ ਨੂੰ ਛੱਡ ਦੇਵੇ ਜਿਸ ਦੇ ਜਵਾਬ ਦੇ ਵਿੱਚ ਸ਼ੇਖ ਨizamuddin ਨੇ ਕਿਹਾ ਕਿ ਹਨੂਜ ਦਿੱਲੀ ਦੂਰਸਤ ਯਾਨੀ ਕਿ ਦਿੱਲੀ ਹਲੇ ਬਹੁਤ ਦੂਰ ਹੈ ਠੀਕ ਹੈ ਹਲੇ ਦਿੱਲੀ ਬਹੁਤ ਦੂਰ ਹੈ ਬੰਗਾਲ ਦੇ ਜਿੱਤ ਤੋਂ ਬਾਅਦ ਜਦੋਂ ਗਿਆਸੁਦਨ ਤੁਗਲਕ ਵਾਪਸ ਦਿੱਲੀ ਆ ਰਿਹਾ ਸੀ ਤਾਂ ਉਸ ਦੇ ਵੱਡੇ ਪੁੱਤਰ ਉਲਗ ਖਾਨ ਨੇ ਬਿਣਾ ਨੀ ਹ ਵਾਲੇ ਲੱਕੜ ਦੇ ਬਣੇ ਮਹਿਲ ਦੇ ਅੰਦਰ ਮਾਰਨ ਦੀ ਉਹਨਾਂ ਨੂੰ ਯੋਜਨਾ ਬਣਾਈ ਤੇ ਇਹੇ ਯੋਜਨਾ ਕਾਮਯਾਬੀ ਰਹੀ ਇਹ ਕਿਹਾ ਜਾਂਦਾ ਕਿ ਜੋਨਾ ਖਾਨ ਠੀਕ ਹੈ ਉਸ ਦਾ ਬڑا ਪੁੱਤਰ ਉਸ ਨੇ ਇੱਕ ਮਹਿਲ ਦਾ ਨਿਰਮਾਣ ਕਰਵਾਇਆ ਲੱਕੜ ਦੇ ਮਹਿਲ ਦਾ ਨਿਰਮਾਣ ਕਰਵਾਇਆ ਅਤੇ ਉਸ ਨੇ ਯੋਜਨਾ ਬਣਾਈ ਉਸ ਯੋਜਨਾ ਦੇ ਤਹਿਰ ਉਸ ਨੇ ਮਹਿਲ ਨੂੰ ਡਿਗਵਾਤਾ ਤੇ ਉਸ ਦੇ ਵਿੱਚ ਕੀ ਹੋਇਆ ਗਿਆਸੁਦின் ਤੁਗਲਕ ਅਤੇ ਉਸ ਦਾ ਦੂਸਰਾ ਪੁੱਤਰ ਮਹਿਮੂਦ ਖਾਨ ਇਹ ਦੋਨੋਂ ਦਬਕੇ ਮਰ ਗਏ ਪਰੰਤੂ ਕੁਝ ਜਿਹੜੇ ਇਤਿਹਾਸਕਾਰ ਨੇ ਉਹ ਇਸ ਗੱਲ ਨਾਲ ਸਹਿਮਤ ਨਹੀਂ ਉਹ ਮੰਨਦੇ ਨੇ ਕਿ ਇਹ ਸਿਰਫ ਇੱਕ ਘਟਨਾ ਸੀ ਕਿ ਜਦੋਂ ਗਿਆਸੁਦਨ ਤੁਗਲਕ ਜਿੱਤ ਗਿਆ ਸੀ ਤਾਂ ਜੋਨਾ ਖਾਨ ਨੇ ਉਹਨਾਂ ਦਾ ਸਵਾਗਤ ਕਰਨ ਲਈ ਮਹਿਲ ਦੇ ਆਲੇ-ਦੁਆਲੇ ਹਾਥੀਆਂ ਨੂੰ ਘਮਾਉਣਾ ਸ਼ੁਰੂ ਕਰਵਾ ਦਿੱਤਾ ਹਾਥੀਆਂ ਦੇ ਇਸ ਤਰ੍ਹਾਂ ਨਾਲ ਘੁੰਮਣ ਦੇ ਨਾਲ ਕੀ ਹੋਇਆ ਕਿ ਕੁਝ ਹਾਥੀ ਬੇਕਾਬੂ ਹੋ ਗਏ ਤੇ ਉਹਨਾਂ ਨੇ ਇਸ ਲੱਕੜ ਦੇ ਮਹਿਲ ਦੇ ਵੱਲ ਨੂੰ ਟੱਕਰਾਂ ਮਾਰੀਆਂ ਜਿਸ ਦੇ ਕਾਰਨ ਕੀ ਹੋਇਆ ਇਹ ਮਹਿਲ ਡਿੱਗ ਗਿਆ ਤਾਂ ਇਹ ਵੀ ਮੰਨਿਆ ਜਾਂਦਾ ਇਸ ਗੱਲ ਲਈ ਇੱਥੇ ਆਹਾਸ ਕਰ ਦੋ ਮਤ ਨਹੀਂ ਠੀਕ ਹੈ ਜੀ ਗਿਆਸੁਦੀਨ ਤੁਗਲਕ ਦਾ ਮਕਬਰਾ ਤੁਗਲਗਾਬਾਦ ਦੇ ਵਿੱਚ ਬਣਾਇਆ ਗਿਆ ਗਿਆਸੁਦੀਨ ਤੁਗਲਕ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਉਲਗਖਾਨ ਸੁਲਤਾਨ ਬਣਿਆ ਠੀਕ ਹੈ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਤੋਗਲਕ ਵੰਸ਼ ਦੇ ਸੰਸਥਾਪਕ ਗਿਆਸੁਦਿਨ ਤੋਗਲਕ ਦੇ ਬਾਰੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ